ਡੇਰਾ ਬੱਸੀ ਦੇ ਵਿੱਚ ਮਸਜਿਦ ਦੀ ਇਮਾਰਤ ਨੂੰ ਤੋੜਨ ਦੀ ਕੋਸ਼ਿਸ਼। JCB ਲਿਆ ਕੇ ਮਸਜਿਦ ਦੀ ਇਮਾਰਤ ਨੂੰ ਢਾਉਣ ਦੀਆਂ ਕੀਤੀਆਂ ਗਈਆਂ ਨਾਪਾਕ ਕੋਸ਼ਿਸ਼ਾਂ। ਇਹ ਤਸਵੀਰਾਂ ਮੋਹਾਲੀ ਦੇ ਡੇਰਾ ਬੱਸੀ ਦੀਆਂ ਹਨ, ਜਿੱਥੇ ਸਾਲਾਂ ਪੁਰਾਣੀ ਮੁਨਿਆਰਾ ਮਸਜਿਦ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। JCB ਮਸ਼ੀਨ ਲਿਆ ਕੇ ਇਸ ਮਸਜਿਦ ਦੀ ਕੰਧ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਮਾਂ ਰਹਿੰਦਿਆਂ ਮੁਸਲਿਮ ਭਾਈਚਾਰੇ ਦੇ ਵੱਲੋਂ ਆ ਕੇ ਉੱਥੇ ਪ੍ਰਦਰਸ਼ਨ ਕੀਤਾ ਗਿਆ ਹੈ, ਜਿਸ ਕਾਰਨ ਇਹ ਸਾਲਾਂ ਪੁਰਾਣੀ ਮੁਨਿਆਰਾ ਮਸਜਿਦ ਸ਼ਹੀਦ ਹੋਣ ਤੋਂ ਬਚ ਗਈ ਹੈ। ਪੰਜਾਬ ਦੇ ਵਿੱਚ ਧਾਰਮਿਕ ਭਾਈਚਾਰੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਰਾਤ ਦੇ ਹਨੇਰੇ 'ਚ JCB ਮਸ਼ੀਨ ਲਿਆ ਕੇ ਅਜਿਹਾ ਕਾਰਾ ਕਰਨਾ ਆਪਣੇ ਆਪ ਦੇ ਵਿੱਚ ਨਿੰਦਾ ਯੋਗ ਹੈ। ਸਮਾਂ ਰਹਿੰਦਿਆਂ ਮੁਸਲਿਮ ਭਾਈਚਾਰੇ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਮਸਜਿਦ ਦੇ ਢਾਂਚੇ ਨੂੰ ਸ਼ਹੀਦ ਹੋਣ ਤੋਂ ਬਚਾ ਲਿਆ ਗਿਆ ਹੈ। ਜ਼ਿਲ੍ਹਾ ਮੋਹਾਲੀ ਦੇ ਡੇਰਾ ਬੱਸੀ ਦੇ ਵਿੱਚ 1947 ਤੋਂ ਪਹਿਲਾਂ ਦੀ ਮਸਜਿਦ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਕਤ ਸਾਡੇ ਨਾਲ ਰੁਸਤਮ ਅਲੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਕੀ ਘਟਨਾ ਹੋਈ ਹੈ ਡੇਰਾ ਬੱਸੀ ਦੇ ਵਿੱਚ, ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ। ਜੀ, ਇਹ ਮਸਜਿਦ ਹੈ ਜਿਹੜੀ, ਇਹ 1947 ਆਜ਼ਾਦੀ ਤੋਂ ਪਹਿਲਾਂ ਦੀ ਮਸਜਿਦ ਆ, ਅਤੇ ਜਿਹਦਾ ਨਾਮ ਮੁਨਿਆਰਾਂ ਵਾਲੀ ਮਸਜਿਦ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ ਡੇਰਾ ਬੱਸੀ ਦਾ ਇੱਕ ਪਰਿਵਾਰ ਆ, ਅਤੇ ਉਹ ਮਸਜਿਦ ਦੇ ਨਾਲ ਗਵਾਂਢ ਦੇ ਵਿੱਚ ਰਹਿੰਦੇ ਆ। ਉਹ ਪਿਛਲੇ ਕਈ ਲੰਬੇ ਸਮੇਂ ਤੋਂ 10-15-20 ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਇਹ ਕਰਦੇ ਆ ਵੀ ਮਸਜਿਦ ਦਾ, ਕਿਉਂਕਿ ਜਿਹੜਾ ਸਟਰਕਚਰ ਆ ਉਹ ਕਾਫੀ ਪੁਰਾਣਾ ਹੈ ਅਤੇ ਢਾਂਚਾ ਹੀ ਰਹਿ ਚੁੱਕਿਆ, ਉਹਨੂੰ ਲਗਾਤਾਰ ਉਹ ਤੋੜਨ ਦੀ ਹਲਕੀ ਫੁਲਕੀ ਕੋਸ਼ਿਸ਼ ਕਰਦੇ ਰਹਿੰਦੇ ਆ, ਅਤੇ ਵੀ ਉਹਦੀ ਹੋਂਦ ਨੂੰ ਖਤਮ ਕਰਕੇ ਉਹਦੇ ਉੱਤੇ ਅਸੀਂ ਕਬਜ਼ਾ ਕਰ ਸਕੀਏ ਅਤੇ ਉਹਨੂੰ ਆਪਣੀ ਜਗ੍ਹਾ ਦੇ ਨਾਲ ਮਿਲਾ ਕੇ ਕੱਲ੍ਹ ਨੂੰ ਉਹਦੇ 'ਤੇ ਆਪਣੇ ਹਿਸਾਬ ਦੇ ਨਾਲ ਕੋਈ ਕੰਸਟਰਕਸ਼ਨ ਕਰ ਸਕੀਏ। ਉਹਨਾਂ ਨੇ 11:30 ਵਜੇ ਰਾਤ ਨੂੰ JCB ਮੰਗਾਈ, ਇੱਕ ਟਰੈਕਟਰ ਮੰਗਾਇਆ, ਟਰਾਲੀ ਮੰਗਾਈ, ਅਤੇ ਉਹਨਾਂ ਨੇ JCB ਦੇ ਨਾਲ ਉਹ ਦੀਵਾਰ ਜਿਹੜੀ ਪੱਟ ਕੇ ਉਹ ਮਲਵਾ ਟਰੈਕਟਰ ਦੇ ਵਿੱਚ ਸਿੱਟਣਾ ਸੀ। ਅਤੇ ਉੱਥੇ ਫਿਰ ਮੌਕੇ 'ਤੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਸੀ, ਉਹ ਮੁਸਲਿਮ ਭਾਈਚਾਰੇ ਦੇ ਲੋਕ ਉੱਥੇ ਇਕੱਠੇ ਹੋਏ। ਉੱਥੇ ਇੰਨਾ ਤਣਾਅ ਬੰਧ ਗਿਆ ਕਿ ਉੱਥੇ ਲੜਾਈ ਝਗੜਾ ਹੋ ਗਿਆ ਜੀ। ਅਤੇ ਇਹ ਜਿਹੜੇ ਪਰਿਵਾਰ ਆ, ਇਹਨਾਂ ਵੱਲੋਂ ਬੜੀ ਹੀ ਗੰਦੀ ਸ਼ਬਦਾਵਲੀ ਜਿਹੜੀ ਮੁਸਲਿਮ ਧਰਮ ਦੇ ਲਈ ਵਰਤੀ ਗਈ ਆ, ਇੱਦਾਂ ਕਿਹਾ ਗਿਆ ਕਿ ਤੁਹਾਡੇ ਮੁੱਲਿਆਂ ਦੀ ਅਸੀਂ ਦਾੜ੍ਹੀ ਪੱਟ ਦਾਂਗੇ, ਠੀਕ ਆ। ਅਤੇ ਮੈਨੂੰ ਇਹ ਮਤਲਬ ਘਟਨਾ ਜਦੋਂ ਪਤਾ ਲੱਗੀ ਰਾਤ ਨੂੰ, ਮੈਨੂੰ 12:30-12:15 ਮੈਨੂੰ ਕਾਲ ਆਈ। ਅਸੀਂ ਡੇਰਾ ਬੱਸੀ, ਅਸੀਂ ਨਾਲ ਦੇ ਸਾਥੀਆਂ ਨੂੰ ਫੋਨ ਕੀਤਾ, ਅਸੀਂ ਡੇਰਾ ਬੱਸੀ ਥਾਣੇ ਦੇ ਗਏ ਉੱਤੇ ਗਏ ਤਾਂ ਉੱਥੇ ਰਾਤ ਨੂੰ ਕਰੀਬ 1:30 ਵਜੇ ਤੋਂ ਲੈ ਕੇ 1 ਵਜੇ ਤੋਂ ਲੈ ਕੇ 4 ਵਜੇ ਤੱਕ 300-350 ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕ ਉੱਥੇ ਇਕੱਠੇ ਹੋਏ। ਅਤੇ ਲੋਕਾਂ ਦੇ ਵਿਰੋਧ ਕਰਕੇ ਅਤੇ ਲੋਕਾਂ ਦੀ ਮੰਗ ਕਰਕੇ ਪੁਲਿਸ ਨੇ ਬਹੁਤ ਵਧੀਆ ਫੈਸਲਾ ਲਿੱਤਾ, ਬਣਦੀ ਕਾਰਵਾਈ ਕੀਤੀ। ਮੁਸਲਿਮ ਧਰਮ ਬਾਰੇ ਵੀ ਬਹੁਤ ਗਲਤ ਬੋਲਿਆ ਗਿਆ ਅਤੇ ਆਪਣਾ ਮਸਜਿਦ ਦੇ ਜਿਹੜਾ ਢਾਣ ਦੀ ਮੁਸਲਿਮ ਭਾਈਚਾਰੇ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਅਤੇ ਇਹ ਮਸਲਾ ਸੀ ਜੀ ਸਾਰਾ। JCB ਲੈ ਕੇ ਕੌਣ ਪਹੁੰਚਿਆ ਸੀ, ਕਿਹਨੇ ਕੀਤੀ ਇਹ ਕਾਰਵਾਈ, ਉਹਨਾਂ ਨੂੰ ਇਹ ਕਦਮ ਚੁੱਕਣ ਦੀ ਕੀ ਲੋੜ ਪਈ? ਇਹ ਦੇਖੋ, ਇੱਕ ਲੋਹਿਤ ਸੈਣੀ ਨਾਮ ਦਾ ਸ਼ਖਸ ਆ, ਅਤੇ ਨਾਲ ਜਿਹੜਾ FIR ਦੇ ਵਿੱਚ ਇੱਕ ਮਿੰਟੂ ਆ, ਉਹਦਾ ਭਰਾ ਲੱਗਦਾ ਹੈ, ਅਤੇ ਉਹਦੀ ਮਾਤਾ ਹੈ, ਮਾਤਾ ਜੀ ਆ, ਭੋਲੀ ਨਾਮ ਉਹਦਾ, ਹੈ ਨਾ। ਅਤੇ ਇਹਨਾਂ ਮਤਲਬ ਇਹਨਾਂ ਦੀ ਕੋਸ਼ਿਸ਼ ਇਹੀ ਆ ਵੀ ਇਹ ਆਪਾਂ ਮਸਜਿਦ ਨੂੰ ਖਤਮ ਕਰਕੇ, ਇਹਦੀ ਹੋਂਦ ਨੂੰ ਖਤਮ ਕਰਕੇ, ਕਿਉਂਕਿ ਉਹ ਮਸਜਿਦ ਕਾਫੀ ਦੇਰ ਤੋਂ ਉਹ ਖਾਲੀ ਪਈ ਆ, ਉੱਥੇ ਕੋਈ ਨਮਾਜ਼ ਵਗੈਰਾ ਨਹੀਂ ਹੁੰਦੀ। ਪਰ ਗੱਲ ਇਹ ਆ ਵੀ ਇਹ ਚਾਹੇ ਉਹ ਕਿਸੇ ਵੀ ਧਰਮ ਦੀ ਚੀਜ਼ ਹੋਵੇ, ਚਾਹੇ ਉੱਥੇ ਗੁਰਦੁਆਰਾ ਸਾਹਿਬ ਹੋਵੇ, ਨਹੀਂ ਕੋਈ ਜਾ ਰਿਹਾ, ਚਾਹੇ ਉੱਥੇ ਕੋਈ ਖੇੜਾ ਹੋਵੇ, ਅਤੇ ਇਹ ਤਾਂ ਨਹੀਂ ਗੱਲ ਹੈਗੀ ਕਿ ਆਪਣੀ ਜਦੋਂ ਉਹਨਾਂ ਦੇ ਪਰਿਵਾਰ ਦੇ ਨਾਲ, ਕੱਲ੍ਹ ਉਹਨਾਂ ਦੇ ਹਮਾਇਤੀਆਂ ਦੇ ਨਾਲ ਵੀ ਗੱਲ ਹੋਈ,
ਮੈਂ ਬੜਾ ਮਤਲਬ ਹੈਰਾਨ ਹੋਇਆ ਉਹਨਾਂ ਨੇ ਆ ਕੇ ਮੇਰੇ ਕੋਲ ਪਤਾ ਕੀ ਗੱਲ ਕੀਤੀ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਦਾ ਆਪਾਂ ਬੈਠ ਕੇ ਯਾਰ ਹੱਲ ਕਰ ਲੈਂਦੇ ਹਾਂ। ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਦੱਸੋ ਕੀ ਚਾਹੁੰਦੇ ਹਾਂ ਵੀ ਕਿੱਦਾਂ ਆਪਾਂ ਬੈਠ ਕੇ ਹੱਲ ਕਰੀਏ, ਅਤੇ ਕਹਿੰਦੇ ਯਾਰ ਇੱਥੇ ਤਾਂ ਮਸਜਿਦ ਹੈ ਹੀ ਨਹੀਂ ਸੀ, ਇੱਥੇ ਤਾਂ ਕੋਈ ਪੁਰਾਣਾ ਕਿਲਾ ਸੀ। ਮੈਂ ਕਿਹਾ ਵੀ ਫਿਰ ਬੈਠ ਕੇ ਕਰਨ ਵਾਲੀ ਗੱਲ ਰਹਿ ਕਿੱਥੇ ਗਈ ਜਦੋਂ ਤੁਸੀਂ ਮਸਜਿਦ ਦੀ ਹੋਂਦ ਨੂੰ ਇਹ ਖਤਮ ਕਰਕੇ ਤੁਸੀਂ ਕਹਿ ਰਹੇ ਹੋ ਉੱਥੇ ਕਿਲਾ ਹੈ। ਮੈਂ ਫਿਰ ਉਹਨਾਂ ਨੂੰ ਇਹ ਵੀ ਗੱਲ ਕਹੀ, ਮੈਂ ਕਿਹਾ ਚਲੋ ਤੁਹਾਡੀ ਗੱਲ ਨੂੰ ਵੱਡਾ ਕਰਦੇ ਹਾਂ ਅਸੀਂ, ਇੱਥੇ ਮਸਜਿਦ ਹੈ ਨਹੀਂ ਸੀ, ਇੱਥੇ ਕਿਲਾ ਸੀ। ਫਿਰ ਵੀ ਤੁਹਾਨੂੰ ਕਿਸ ਨੇ ਹੱਕ ਦਿੱਤਾ ਕਿ ਉਹ ਉਸ ਕਿਲੇ ਦੇ ਉੱਤੇ ਤੁਸੀਂ ਨਜਾਇਜ਼ ਕਬਜ਼ਾ ਕਰੋ ਕਰਨ ਦੀ ਕੋਸ਼ਿਸ਼ ਕਰੋ ਅਤੇ ਉਹਨੂੰ ਆਪਣੀ ਜਗ੍ਹਾ ਦੇ ਵਿੱਚ ਮਿਲਾ ਕੇ ਲੈ ਕੇ ਆਓ? ਜੇ ਮੈਂ ਕਿਹਾ ਵੀ ਤੁਸੀਂ ਇੱਦਾਂ ਕਬਜ਼ਾ ਕਰਨਾ ਚਾਹੁੰਦੇ ਹੋ, ਮੈਂ ਕਿਹਾ ਵੀ ਫਿਰ ਪੂਰਾ ਡੇਰਾ ਬਸੀ, ਮੈਂ ਕਿਹਾ ਫਿਰ ਵਿਹਲਾ ਬੈਠਾ, ਮੈਂ ਕਿਹਾ ਕੌਣ ਮੈਂ ਕਿਹਾ ਇੰਨੀ ਕੀਮਤੀ ਜਗ੍ਹਾ ਨੂੰ ਛੱਡਣਾ ਚਾਹੂਗਾ। ਹਾਂ ਇੱਥੇ ਇੱਕ ਹੋਰ ਵੀ ਗੱਲ ਆ, ਅਤੇ ਮੁਸਲਿਮ ਭਾਈਚਾਰੇ ਵੱਲੋਂ ਇਹ ਕੋਰਟ ਦੇ ਵਿੱਚ ਕੇਸ ਚੱਲਦਾ, ਇਹਦੀ 23 ਜਿਹੜੀ ਆਉਣ ਵਾਲੀ 23 ਤਰੀਕ ਆ ਪਰਸੋਂ, ਤਾਂ ਇਹਦੀ ਕੋਰਟ ਦੇ ਵਿੱਚ ਸੁਣਵਾਈ ਸੀ, ਉਹ ਇਹਨਾਂ ਨੂੰ ਪਤਾ ਸੀ ਉਹ ਸੁਣਵਾਈ ਆ ਜਿਹੜੀ ਮੁਸਲਿਮ ਭਾਈਚਾਰੇ ਦੇ ਹੱਕ ਦੇ ਵਿੱਚ ਹੋਣੀ ਆ। ਅਤੇ ਮੁਸਲਿਮ ਭਾਈਚਾਰੇ ਨੇ ਇਹਨਾਂ ਦੇ ਨਾਲ ਪਹਿਲਾਂ ਵੀ ਕਈ ਮੀਟਿੰਗਾਂ ਕੀਤੀਆਂ, ਅਤੇ ਉਹਨਾਂ ਨੂੰ ਐਂ ਸੀ ਵੀ ਚਲੋ ਆਪਾਂ ਬੈਠ ਕੇ ਮਸਲੇ ਦਾ ਹੱਲ ਕਰੀਏ। ਅਤੇ ਇੱਥੇ ਮੈਂ ਤੁਹਾਡੇ ਮੀਡੀਆ ਦੇ ਰਾਹੀਂ, ਮਾਧਿਅਮ ਦੇ ਰਾਹੀਂ ਇੱਕ ਮੈਂ ਪੰਜਾਬ ਦੇ ਲੋਕਾਂ ਨੂੰ ਦੇਖੋ ਯਾਰ ਇਹ ਅਪੀਲ ਕਰਨਾ ਚਾਹੁੰਦਾ ਹੈ, ਕਿਉਂਕਿ ਪੰਜਾਬ ਆ ਜਿਹੜਾ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ, ਇੱਥੇ ਸਾਰੇ ਧਰਮ ਬੜੇ ਹੀ ਪਿਆਰ ਨਾਲ ਰਹਿੰਦੇ ਆ, ਪਰ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਨਾ ਬਹੁਤ ਮਤਲਬ ਮਾਹੌਲ ਖਰਾਬ ਕਰ ਸਕਦੇ ਆ। ਹੁਣ ਦੇਖੋ ਮੁਸਲਿਮ ਭਾਈਚਾਰੇ ਦੀ ਜਗ੍ਹਾ ਹੈ, ਹੁਣ ਉਹ ਸ਼ਖਸ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਆ, ਉਹ ਮੁਸਲਿਮ ਧਰਮ ਦੀ ਆਪਣਾ ਹੋਂਦ ਨੂੰ ਖਤਮ ਕਰੂਗਾ ਜਾਂ ਉਹ ਮਸਜਿਦ ਨੂੰ ਤੋੜੂਗਾ, ਇਹਦੇ ਨਾਲ ਆਪਾਂ ਕਈ ਬੰਦੇ ਫਿਰ ਉਹਨੂੰ ਧਰਮ ਦੇ ਨਾਲ ਜੋੜ ਕੇ ਉਹ ਕੰਟਰੋਵਰਸੀ ਬਣਾ ਦਿੰਦੇ ਹਾਂ। ਤਾਂ ਮੈਂ ਇਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਚਾਹੇ ਪੰਜਾਬ ਦੇ ਵਿੱਚ ਕੋਈ ਮਸਜਿਦ ਦੀ ਜਗ੍ਹਾ ਖਾਲੀ ਪਈ ਆ, ਉਹਨੂੰ ਕੋਈ ਨਹੀਂ ਵਰਤਦਾ, ਚਾਹੇ ਉਹ ਮੰਦਰ ਦੀ ਜਗ੍ਹਾ ਹੈ ਚਾਹੇ ਉਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ। ਵੀ ਜਿਹੜੇ ਲੋਕ ਇੱਦਾਂ ਧਾਰਮਿਕ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਨਜਾਇਜ਼ ਕਬਜ਼ੇ ਕਰਨਾ ਚਾਹੁੰਦੇ ਆ, ਵੀ ਇੱਕ ਪਾਸੇ ਤਾਂ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹ ਕਹਿੰਦੀ ਹੈ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਸਖਤੀ ਦੇ ਨਾਲ ਕਾਰਵਾਈ ਕਰਾਂਗੇ, ਤਾਂ ਮੈਂ ਆਪਣੇ ਤੌਰ 'ਤੇ ਆਪਣੇ ਬਲ ਤੋਂ ਉਹਨਾਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਯਾਰ ਤੁਸੀਂ ਲਾਲਚ ਕਰਕੇ, ਪੈਸਿਆਂ ਦੇ ਲਾਲਚ ਕਰਕੇ ਇਸ ਤਰ੍ਹਾਂ ਦੇ ਯਾਰ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ। ਅਸੀਂ ਉਹ ਲੋਕ ਆ ਪੰਜਾਬ ਦੇ ਜਿਹੜੇ ਬਹੁਤ ਹੀ ਪਿਆਰ ਮੁਹੱਬਤ ਦੇ ਨਾਲ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਰਹਿਣਾ ਚਾਹੁੰਦੇ ਹਾਂ। ਦੇਖੋ ਰਾਤ ਨੂੰ ਸਾਡੇ ਕੋਲ ਇੱਕ ਲੇਟ ਨਾਈਟ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਇੱਦਾਂ ਕਰਕੇ ਇੱਕ ਮਸਜਿਦ ਹੈ, ਪੁਰਾਣੀ ਮਸਜਿਦ ਹੈ, ਕਾਫੀ ਪੁਰਾਣੀ ਮਸਜਿਦ ਹੈ ਜਿਹੜੀ ਕਿ ਬੰਦ ਪਈ ਹੋਈ ਹੈ, ਉਹਦਾ ਕੋਈ ਆਪਸ 'ਚ ਰੌਲਾ ਚੱਲ ਰਿਹਾ ਸੀਗਾ ਦੋ ਪਾਰਟੀਜ਼ ਦਾ, ਮੁਸਲਿਮ ਕਮਿਊਨਿਟੀ ਵਾਕਫ ਬੋਰਡ ਦਾ ਅਤੇ ਇੱਕ ਉੱਥੇ ਕੋਈ ਸੈਣੀ ਹੈ, ਮਿਸਟਰ ਸੈਣੀ ਹੈ, ਉਹਨਾਂ ਦਾ ਆਪਸ ਚੱਲ ਰਿਹਾ ਸੀਗਾ ਜਿਹਦੇ ਕੋਰਟ ਦੇ ਕੇਸਿਸ ਵੀ ਚੱਲ ਰਹੇ ਨੇ। ਅਤੇ ਦੂਸਰੀ ਪਾਰਟੀ ਵੱਲੋਂ ਜਿਹੜੀ ਵਾਕਫ ਬੋਰਡ ਵਾਲੀ ਪਾਰਟੀ ਸੀ, ਮੁਸਲਿਮ ਪਾਰਟੀ ਵੱਲੋਂ ਇਹ ਅਲੈਜ ਕੀਤਾ ਗਿਆ ਸੀਗਾ ਵੀ ਹਾਂ ਵੀ ਉਹਨਾਂ ਨੇ ਉੱਥੇ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਹੈ JCB ਦੇ ਨਾਲ, ਅਤੇ ਉਹਨਾਂ ਨੂੰ ਗਲਤ ਬੋਲਿਆ, ਅਤੇ ਉਹਨਾਂ ਦੇ ਧਰਮ ਦੇ ਖਿਲਾਫ ਜੇ ਬੋਲਿਆ ਉਹਨਾਂ ਨੂੰ ਕੁਛ ਗਲਤ ਸ਼ਬਦ ਬੋਲੇ ਨੇ, ਅਤੇ ਉਹ ਪੁਲਿਸ ਨੇ ਉਹਨਾਂ ਦਾ ਸਟੇਟਮੈਂਟ ਲਿਖ ਕੇ ਜੋ ਸੀਗਾ ਐਕਸ਼ਨ ਲੈ ਕੇ ਉਹਦੇ 'ਚ ਪ੍ਰੋਪਰ ਅਸੀਂ FIR ਲੌਜ ਕਰਦੀ ਹੈ, ਜਿਹੜੀ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਉਹਦੇ ਅਕੋਰਡਿੰਗ ਹੀ FIR ਲੌਜ ਕਰਦੀ ਹੈ, ਅਤੇ ਜਿਹੜਾ ਦੋਸ਼ੀ ਉਹਨੂੰ ਅਰੈਸਟ ਕਰ ਲਿਆ, ਅਤੇ ਜਿਹੜੀ ਪਾਰਟੀ ਹੈ ਜਿਨ੍ਹਾਂ ਨੇ ਕੰਪਲੇਨਰ ਨੇ ਉਹ ਸੈਟਿਸਫਾਈਡ ਨੇ, ਅਤੇ ਮਾਹੌਲ ਠੀਕ ਹੈ, ਕੋਈ ਇੰਨੀ ਵੱਡੀ ਗੱਲ ਨਹੀਂ ਸੀ। ਰਾਤ ਨੂੰ ਉਹਨਾਂ ਨੂੰ ਇਹ ਸੀਗਾ ਵੀ ਹਾਂ ਵੀ ਇੱਕੋਦਮ ਜਦੋਂ ਹੋਇਆ ਕੁਛ 'ਚ ਐਲੀਮੈਂਟਸ ਵਗੈਰਾ ਜਾਂ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਇਹ ਕਾਰਵਾਈ ਨਹੀਂ ਹੋਊਗੀ, ਪਰ ਪੁਲਿਸ ਨੇ ਜਿਹੜੀ ਸੀਗੀ ਵਿਦਿਨ ਜੋ ਸਟਿਪੂਲੇਟਿਡ ਟਾਈਮ ਸੀਗਾ ਉਹਦੇ 'ਚ ਕਾਰਵਾਈ ਕੀਤੀ ਹੈ, ਦੋਸ਼ੀ ਨੂੰ ਵੀ ਫੜ ਲਿਆ, ਅਤੇ ਮਾਹੌਲ ਠੀਕ ਹੈ ਹੁਣ।